ਜੇਕਰ ਗਲਤੀ ਹੈ ਦਿੱਲੀ ਹਾਈ ਕੋਰਟ ਦੀ ਤਾਂ ਉਹਨਾਂ ਨੇ ਸਿੱਖਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ ਜਹਾਜ਼ ਦੇ ਵਿੱਚ ਹੁਣ ਸਿੱਖ ਕਿਰਪਾਨ ਪਾ ਕੇ ਜਹਾਜ਼ ਸਫ਼ਰ ਕਰ ਸਕਦਾ ਹੈ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਇਹ ਮਾਮਲਾ ਉੱਠਿਆ ਉਹਨਾਂ ਨੇ 24 ਘੰਟਿਆਂ 'ਚ ਹੱਲ ਕਰ ਦਿੱਤਾ ਇੱਕ ਵਕੀਲ ਹੈ ਸ਼ਾਇਦ ਜਦੋਂ ਇਹ ਆਗਿਆ ਦਿੱਤੀ ਗਈ ਕਿ ਤੁਸੀਂ ਇੱਥੇ ਵੀ ਪਹਿਨ ਸਕਦੇ ਹੋ ਉਹ ਸ਼੍ਰੀਮਾਨ ਜੀ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਤੀ ਕਿ ਸਿੱਖਾਂ ਨੂੰ ਰੋਕਿਆ ਜਾਵੇ ਇਹਨਾਂ ਦੀ ਕਿਰਪਾਨ ਤੇ ਪਾਬੰਦੀ ਹੋਵੇ ਇੱਕ ਚੰਗਾ ਕਦਮ ਹੈ ਅਸੀਂ ਇਹਨੂੰ ਕਹਾਂਗੇ ਕਿ ਬਹੁਤ ਵੱਡੀ ਰਾਹਤ ਵਾਲਾ ਮਨਜੋਗ ਅਦਾਲਤ ਨੇ ਜੋ ਫੈਸਲਾ ਫਰਵਾਇਆ ਹੈ ਔਰ ਪਟੀਸ਼ਨ ਖਾਰਜ ਕੀਤੀ ਹੈ ਉਹਦੀ ਸ਼ਿਕਾਇਤਕਰਤਾ ਦੀ ਬਿਲਕੁਲ ਠੀਕ ਹੈ ਇਕਦਮ ਗੱਲ ਕੀਤੀ ਹੈ ਕੋਰੋਨਾ ਵਾਇਰਸ ਦੀ ਤਾਂ ਲਗਾਤਾਰ ਜਿਹੜਾ ਉਹਦਾ ਜਿਹੜਾ ਵਾਧਾ ਜਿਹੜਾ ਉਹਦਾ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਜਿਹੜੇ ਸਿੱਧ ਵਿਭਾਗ ਦੇ ਵੱਲੋਂ ਨਵੇਂ ਅਲੰਕ ਕੀ ਸਾਡੇ ਤੇ ਪਾਬੰਦੀ ਕਦੋਂ ਲੱਗੀ ਮਾਰਚ 2020 ਦੇ ਵਿੱਚ ਪਤਾ ਲੱਗ ਗਿਆ ਸੀ 2019 ਚ ਦਸੰਬਰ ਜਾਂ ਇਸ ਤੋਂ ਵੀ ਪਹਿਲਾਂ ਤੇ ਮੋਦੀ ਸਾਹਿਬ ਗੁਜਰਾਤ ਦੇ ਵਿੱਚ ਆਪਣੇ ਫਾਸਟ ਫਰੈਂਡ ਆਪਣੇ ਬੈਸਟ ਫਰੈਂਡ ਡੋਨਾਲਡ 트੍ਰੰਪ ਦੀ ਉਡੀਕ ਕਰਦੇ ਰਹੇ ਉਹਦੀ ਤਾਜਪੋਸ਼ੀ ਕਰਨੀ ਸੀ ਤਾਜਪੋਸ਼ੀ ਨਹੀਂ ਉਹਦਾ ਸਵਾਗਤਮ ਸਵਾਗਤ ਕਰਨ ਵਾਸਤੇ ਰੁੱਝੇ ਰਹੇ ਪ੍ਰਵਾਸੀ ਮਜ਼ਦੂਰ ਰੇਲਾਂ ਦੀਆਂ ਪਟੜੀਆਂ ਥੱਲੇ ਗਲ ਕਟਾ ਗਏ ਨਹਿਰਾਂ 'ਚ ਡੁੱਬ ਗਏ ਵੱਡੇ ਵੱਡੇ ਸੜਕਾਂ ਆਸੇ ਹੋਏ ਸਿਆਣ ਐਸ ਗੱਲ ਦੀ ਹੋਣੀ ਚਾਹੀਦੀ ਸਿੱਕੇ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਇੱਕ ਦੂਜੇ ਥਾਂ ਤੋਂ ਵੱਧ ਰੇਲਾਂ ਚਲਾ ਦਿੱਤੀਆਂ ਜਾਂਦੀਆਂ ਉਹ ਕਹਿੰਦੇ ਕਿ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਨੇ ਇਸ ਕਰਕੇ ਜਿਹੜੀਆਂ ਜਨਤਕ ਥਾਵਾਂ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਜਿਹੜਾ ਮਾਸਕ ਹੈ ਉਹ ਪਾ ਕੇ ਹੀ ਨਿਕਲੋ ਨਹੀਂ ਤਾਂ ਇਹ ਔਖਾ ਹੋ ਜਾਵੇਗਾ ਪ੍ਰਿੰਕਲ ਕੀਤੀ ਐਸੋਸੀਏਸ਼ਨ ਦੇ ਚੇਅਰਪਰਸਨ ਆ বিজে স্যাম্পਲਾ ਦਿੱਤਾ ਉਹਨਾਂ ਨੇ 30ਪੁਰ ਦਾ ਜਿਹੜਾ ਉਹ ਦੌਰਾ ਕੀਤਾ। ਉਹਨਾਂ ਨੇ 10 ਜਨਵਰੀ ਲਈ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਦੇ ਉਹ ਚੇਅਰਮੈਨ ਨੇ ਉਹਨਾਂ ਨੇ ਉੱਥੇ ਜਾ ਕੇ ਸੱਦਿਆ ਕਿਹਨੂੰ ਪੰਜਾਬ ਦਾ ਮੁੱਖ ਸਕੱਤਰ ਲੁਧਿਆਣੇ ਦਾ ਡੀਸੀ ਨਾਲ ਜਲੰਧਰ ਦਾ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਇੱਕ ਜਿਹੜੇ 77 ਨੇ ਸਥਾਨਕ ਸਰਕਾਰਾਂ ਵਿਭਾਗ ਦੇ ਉਹਨਾਂ ਸਾਰਿਆਂ ਨੂੰ ਤਲਬ ਕਰਦੇ ਆ ਜਿਹੜੇ ਗੱਲ ਕੀਤੀ ਜੀਰਾ ਸ਼ਰਾਬ ਫੈਕਟਰੀ ਦਾ ਉਹਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਈ ਕਿਸਾਨਾਂ ਦੇ ਉੱਤੇ ਪਰਚੇ ਵੀ ਕੀਤੇ ਗਏ ਨੇ ਕਿਹਾ ਜਾ ਰਿਹਾ ਕਿ ਹੁਣ ਬਿਜਲੀ ਚੋਰੀ ਕਰਨ ਦਾ ਵੀ ਜਿਹੜਾ ਉਹਨਾਂ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਜਿਹੜਾ ਉਹ ਫੈਕਟਰੀ ਦਾ ਬਖੂਰਦੀ ਹੈ ਜੀਰਾ ਖੰਡ ਮਿਲ ਹੈ 40 ਕਿੱਲੇ ਜ਼ਮੀਨ ਜਿੱਥੇ ਬਹੁਤ ਵੱਡਾ ਜੰਗਲ ਸੀ ਇਸ ਫੈਕਟਰੀ ਦੀ ਕਰਤੂਤ ਕਾਰਨ ਉਹ ਸਾਰੇ ਦਾ ਸਾਰਾ ਜੰਗਲ ਨਸ਼ਟ ਹੋ ਗਿਆ درخت ਸੜ ਗਏ ਦੀਪ ਮਲੋਤਰਾ ਜਿਹੜਾ ਉੱਥੋਂ ਦਾ ਮਾਲਕ ਹੈ ਉਹਨੂੰ ਟਿਕਟ ਦੇ ਕੇ ਐਮਐਲਏ ਕਿਨੇ ਬਣਾਇਆ ਸੀ ਪਹਿਲਾਂ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਪ੍ਰੋਗਰਾਮ ਆ ਇੱਕ ਮੇਰੀ ਵੀ ਸੁਣੋ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਬੋਖ ਬੋਖਰੇ ਮੁੱਦਿਆਂ ਤੇ ਚਰਚਾ ਕਰਦੇ ਨੇ ਚਰਚਾ ਕਰਨ ਲਈ ਸਾਡੇ ਨਾਲ ਨੇ ਡੀ5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਜੀ ਆਓ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ ਜੇਕਰ ਗੱਲ ਕੀਤੀ ਹੈ ਉਹ ਦਿੱਲੀ ਹਾਈ ਕੋਰਟ ਦੀ ਤਾਂ ਉਹਨਾਂ ਨੇ ਸਿੱਖਾਂ ਨੂੰ ਇੱਕ ਵੱਡੀ ਰਾਹ ਦਿੱਤੀ ਆ ਜਹਾਜ਼ ਦੇ ਵਿੱਚ ਹੁਣ ਸਿੱਖ ਕਿਰਪਾਨ ਪਾ ਕੇ ਜਿਹੜਾ ਸਫ਼ਰ ਕਰ ਸਕਦੇ ਨੇ ਇਹ ਹੀ ਮੈਂ ਹੁਣੇ ਆਪਣੇ ਨੌਜਵਾਨਾਂ ਨੂੰ ਗੱਲ ਸੁਣਾ ਕੇ ਹਟਿਆ ਕਿ ਅਸੀਂ ਦੂਜੇ ਥਾਂ ਤੇ ਜਾ ਕੇ ਕਦੇ ਕਹਿੰਦੇ ਆ ਸਾਨੂੰ ਪੱਗਾਂ ਦੀ ਆਗਿਆ ਨਹੀਂ ਦੇ ਰਹੇ ਆ ਨਹੀਂ ਕਰ ਰਹੇ ਆਉ ਨਹੀਂ ਕਰ ਰਹੇ ਆਪਣੇ ਦੇਸ਼ ਦੇ ਵਿੱਚ ਹਾਲ ਇੱਥੇ ਹਵਾਈ ਸਫ਼ਰ ਵਿੱਚ ਸਿੱਖਾਂ ਨੂੰ ਆਪਣਾ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਇਹ ਮਾਮਲਾ ਉੱਠਿਆ ਉਹਨਾਂ ਨੇ 24 ਘੰਟਿਆਂ 'ਚ ਹੱਲ ਕਰਤਾ ਜੀ ਉਹਨਾਂ ਦੇ ਚਾਂਸਲਰ ਨੇ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਕਿਹਾ ਕਿ 3 ਇੰਚ ਦੀ ਕਿਰਪਾਨ ਸਿੱਖ ਪਹਿਨ ਸਕਦੇ ਨੇ ਆਪਣੇ ਵਸਤਰਾਂ ਦੇ ਹੇਠਾਂ ਦੀ ਇਸ ਅਦਾਰੇ ਵਿੱਚ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਵਕੀਲ ਹੈ ਸ਼ਾਇਦ ਜਦੋਂ ਇਹ ਆਗਿਆ ਦਿੱਤੀ ਗਈ ਕਿ ਤੁਸੀਂ ਇੱਥੇ ਵੀ ਪਹਿਨ ਸਕਦੇ ਹੋ ਉਹ ਸ਼੍ਰੀਮਾਨ ਜੀ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਤੀ ਕਿ ਸਿੱਖਾਂ ਨੂੰ ਰੋਕਿਆ ਜਾਵੇ ਇਹਨਾਂ ਦੀ ਕਿਰਪਾਨ ਤੇ ਪਾਬੰਦੀ ਹੋਵੇ ਬਹਿਸ ਹੋਈ ਸਾਰਾ ਕੁਝ ਉੱਥੇ ਚੱਲਿਆ ਪਿਛਲੇ ਹਫ਼ਤੇ ਦੀ ਗੱਲ ਹੈ ਦਿੱਲੀ ਹਾਈ ਕੋਰਟ ਨੇ ਇਹ ਫੈਸਲਾ ਰੱਖਵਾ ਰੱਖ ਲਿਆ ਸੀ ਜਨ ਹਿੱਤ ਪਟੀਸ਼ਨ ਪਾਈ ਸੀ ਉਹਨੇ ਜਿਹੜਾ ਇਹ ਕੇਂਦਰ ਦਾ ਨੋਟੀਫਿਕੇਸ਼ਨ ਸੀ ਉਹਨੂੰ ਚੁਣੌਤੀ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਬੜਾ ਲੰਬਾ ਸਮਾਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਰਹੀ ਹੈ ਉਹਨਾਂ ਨੇ ਵੀ ਮਾਮਲਾ ਉਠਾਇਆ ਸੀਔਰ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਆਪੋ ਆਪਣੀ ਭੂਮਿਕਾ ਨਿਭਾਈ ਇਹ ਸੁਣਵਾਈ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਰਾਖਮਾ ਰੱਖਿਆ ਗਿਆ ਸੀ ਜਿਹਦਾ ਫੈਸਲਾ ਅੱਜ ਸਨਾਤਾ ਉਹ ਪਟੀਸ਼ਨ ਖਾਰਜ ਕਰਤੀ ਹੈ 9 ਇੰਚ ਤੱਕ ਦੀ ਕਿਰਪਾਨ ਸਿੱਖ ਜਹਾਜ਼ ਦੇ ਸਫ਼ਰ ਦੌਰਾਨ ਕਰ ਸਕਦੇ ਐ ਇਹਨਾਂ ਦੀ ਇੱਕ ਬੀਬੀ ਕਿਰਨ ਜੋਤਕੌਰ ਹੈ ਕਿਰਨ ਜੋਤਕੌਰ ਦਾ ਪਛੋਕੜ ਪੰਥਕ ਉਹ ਵੀ ਬੀਰ ਰਜਿੰਦਰ ਕੌਰ ਦੀ ਧੀ ਹੈ। ਉਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ اجلاس ਦੇ ਵਿੱਚ ਇਹ ਗੱਲ ਕੀਤੀ ਨਵੰਬਰ ਦੇ ਮਹੀਨੇ 4 ਸਾਲ ਪਹਿਲਾਂ। ਉਹਨਾਂ ਨੇ ਮਸਲਾ ਉਠਾਇਆ ਕਿ ਉਹ ਸਤਿਕਾਰਯੋਗ ਮੈਂਬਰੋਂ ਪ੍ਰਧਾਨ ਜੀਓ ਮੈਂ ਕੈਨੇਡਾ ਤੋਂ ਆਈਆਂ 에ਅਰ ਕੈਨੇਡਾ ਦੀ ਫਲਾਈਟ ਤੇ ਕਿਸੇ ਨੇ ਮੈਨੂੰ ਰੋਕਿਆ ਨਹੀਂ। ਜਦੋਂ ਮੈਂ 에ਅਰ ਇੰਡੀਆ ਦੀ ਫਲਾਈਟ ਤੇ ਉੱਤੇ ਦਿੱਲੀ ਤੋਂ ਚੱਲੀ ਤੇ ਮੇਰੀ ਕਿਰਪਾਨ ਤੇ ਕਿੰਤੂ ਕੀਤਾ ਗਿਆ ਇਹਦੇ ਤੇ ਆਪਾਂ ਖੁੱਲਕੇ ਵਿਚਾਰ ਕਰ ਲਈਏ ਤੇ ਜਿਹੜੇ ਬਹੁਤੇ ਪੜੇ ਲੇਖੇ ਮੈਂਬਰ ਉੱਥੇ ਸੱਜਣ ਸੀ ਉਹ ਕਰਕੇ ਸ਼ਰ ਚਲੋ 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 ਸ਼ੁਰੂ ਕਰੋ ਅਨੰਦ ਸਾਹਿਬ ਦਾ ਪਾਠ ਕੀ ਅਸੀਂ ਕਿਸੇ ਚੱਜ ਦੇ ਮਸਲੇ ਤੇ ਕਦੇ ਕੋਈ ਵਿਚਾਰ ਹੀ ਨਹੀਂ ਕਰਨਾ ਮੈਂ ਕਈ ਵਾਰ ਕਹਿ ਚੁੱਕਿਆ ਕਿ ਜਿਹੜਾ ਸਾਡਾ ਜਨਰਲ ਇਜਲਾਸ ਹੁੰਦਾ ਹੈ ਜਾਂ ਸਾਡਾ ਬਜਟ ਇਜਲਾਸ ਹੋਣਾ 31 ਮਾਰਚ ਦੇ ਮਹੀਨੇ ਦੇ ਵਿੱਚ ਇਸ ਸਾਰਾ 10 ਦਿਨਾਂ ਦਾ ਘੱਟੋ-ਘੱਟ ਰੱਖਿਆ ਜਾਵੇ ਵਿਚਾਰ ਪਟੰਦਰੇ ਹੋਣ ਜਿਹੜੀਆਂ ਕੁਝ ਦੋਸ਼ ਲੱਗਦੇ ਆ ਕੁਝ ਹੋਰ ਗੱਲਾਂ ਬਾਤਾਂ ਨੇ ਮਹਿਮਾਨਯੋਗ ਧਾਮੀ ਸਾਹਿਬ ਨੂੰ ਬੇਨਤੀ ਕਰਾਂਗਾ ਇਹ ਬਜਟ ਘੱਟੋ-ਘੱਟ 10 ਦਿਨਾਂ ਦਾ ਚਲਾਇਆ ਜਾਵੇ ਇਹਨਾਂ ਮਸਲਿਆਂ ਦੇ ਉੱਤੇ ਵਿਰੋਧੀ ਉਠਾਉਂਦੇ ਆ ਜਵਾਬ ਦਿਓ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਸਾਡੀਆਂ ਦੂਰੀਆਂ ਘਟਣਗੀਆਂ ਤੇ ਜਿਹੜੇ ਲੋਕ ਤੇ ਦੋਸ਼ ਲੱਗਦੇ ਆ ਕਿ ਆ ਕਰ ਗਿਆ ਆ ਕਰ ਗਿਆ ਆ ਕਰ ਗਏ ਉਹਨਾਂ ਨੂੰ ਵੀ ਥੋੜੀ ਬਹੁਤਾ ਅਕਲ ਆਉਗੀ ਕਿ ਇਹ ਮਾਮਲਾ ਸ਼ਰੂਵੀ ਕਮੇਟੀ ਦੇ اجلاس ਵਿੱਚ ਉੱਠ ਸਕਦਾ ਹੈ ਸੋਚੋ ਇੱਕ ਚੰਗਾ ਕਦਮ ਹੈ ਅਸੀਂ ਇਹਨੂੰ ਕਹਾਂਗੇ ਕਿ ਬਹੁਤ ਵੱਡੀ ਰਾਹਤ ਵਾਲਾ ਮਾਨਯੋਗ ਅਦਾਲਤ ਨੇ ਜੋ ਫੈਸਲਾ ਫਰਵਾਇਆ ਔਰ ਪਟੀਸ਼ਨ ਖਾਰਜ ਕੀਤੀ ਆ ਉਹਦੀ ਸ਼ਿਕਾਇਤਕਰਤਾ ਦੀ ਬਿਲਕੁਲ ਠੀਕ ਕੀਤੀ ਜੀ ਜੇਕਰ ਗੱਲ ਕੀਤੀ ਹੈ ਕੋਰੋਨਾ ਵਾਇਰਸ ਦੀ ਤਾਂ ਲਗਾਤਾਰ ਜਿਹੜਾ ਉਸ ਦਾ ਜਿਹੜਾ ਵੱਧਾ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਜਿਹੜੇ ਸਿਹਤ ਵਿਭਾਗ ਦੇ ਵੱਲੋਂ ਨਵੇਂ ਐਲਾਨ ਕੀਤੇ ਗਏ ਪੰਗੂ ਸਾਹਿਬ ਇਹ ਮਾਮਲਾ ਕਾਫੀ ਧੀਰ ਦਾ ਕਿਉਂਕਿ ਕੋਵਿਡ 2019 ਚੀਨ ਦੀ ਬੁਹਾਨ ਪ੍ਰਯੋਗਸ਼ਾਲਾ ਦੇ ਵਿੱਚ ਪ੍ਰਯੋਗ ਹੋ ਰਹੇ ਸਨ ਚਮਗਦੜਾਂ ਤੇ ਉੱਥੋਂ ਇਹ ਜੀਵਾਣੂ ਬਿਲਕੁਲ ਬਾਹਰ ਆ ਗਿਆ ਕੰਟਰੋਲ ਚ ਨਾ ਰਿਹਾ ਕਿਸੇ ਦੇ ਜਦੋਂ ਮੌਤਾਂ ਦੀਆਂ ਲਾਈਨਾਂ ਵਿਸ਼ੀਆਂ ਹਸਪਤਾਲਾਂ ਵਿੱਚ ਆਕਸੀਜਨ ਦੇ ਸਿਲੰਡਰਾਂ ਦੇ ਕਮੀਆਂ ਪੈ ਗਈਆਂ ਸਮਸ਼ਾਨ ਘਾਟਾ ਨਾ ਮਿਲੀਆਂ ਉਹਦੇ ਵਾਸਤੇ ਵੀ ਉਡੀਕ ਸੂਚੀ ਵਧਦੀ ਗਈ ਉਸ ਵੇਲੇ ਭਾਰਤ ਦੇ ਵਿੱਚ ਪਰ ਸਾਡੇ ਤੇ ਪਾਬੰਦੀ ਕਦੋਂ ਲੱਗੀ ਮਾਰਚ 2020 ਦੇ ਵਿੱਚ ਪਤਾ ਲੱਗ ਗਿਆ ਸੀ 2019 ਚ ਦਸੰਬਰ ਜਾਂ ਇਸ ਤੋਂ ਵੀ ਪਹਿਲਾਂ ਤੇ ਮੋਦੀ ਸਾਹਿਬ ਗੁਜਰਾਤ ਦੇ ਵਿੱਚ ਆਪਣੇ ਫਾਸਟ ਫਰੈਂਡ ਆਪਣੇ ਬੈਸਟ ਫਰੈਂਡ ਡੋਨਾਲਡ 트੍ਰੰਪ ਦੀ ਉਡੀਕ ਕਰਦੇ ਰਹੇ ਉਹਦੀ ਤਾਜਪੋਸ਼ੀ ਕਰਨੀ ਸੀ ਤਾਜਪੋਸ਼ੀ ਨਹੀਂ ਉਹਦਾ ਸਵਾਗਤਮ ਸਵਾਗਤ ਕਰਨ ਵਾਸਤੇ ਰੁੱਝੇ ਰਹੇ ਸੋ ਜਦੋਂ ਉੱਥੇ ਟੱਕਰ ਦਾ ਮਾਮਲਾ ਪਹੁੰਚ ਜਾਵੇ ਇਕੱਠ ਵਟ ਕੀਤੇ ਗਏ ਵੱਡੇ ਇਕੱਠਾਂ ਦੇ ਵਿੱਚ ਸੱਦਿਆ ਗਿਆ ਉਹਨਾਂ ਹੀ ਦਿਨ ਦੇ ਵਿੱਚ 20 ਮਾਰਚ ਨੂੰ ਇੱਥੇ ਉਦੋਂ ਪਾਬੰਦੀ ਲਾਤੀ ਜਿਹੜੀ ਬਿਲਕੁਲ ਇੱਕੇ ਤਮ ਪ੍ਰਵਾਸੀ ਮਜ਼ਦੂਰ ਰੇਲਾਂ ਦੀਆਂ ਪਟੜੀਆਂ ਥੱਲੇ ਗੱਲ ਕਟਾ ਗਏ ਨਹਿਰਾਂ 'ਚ ਡੁੱਬ ਗਏ ਵੱਡੇ ਵੱਡੇ ਸੜਕਾਂ ਹਾਸੇ ਹੋਏ ਸਿਆਣ ਐਸ ਗੱਲ ਦੀ ਹੋਣੀ ਚਾਹੀਦੀ ਸੀ ਕਿ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਇੱਕ ਦੂਜੇ ਥਾਂ ਤੋਂ ਵੱਧ ਰੇਲਾਂ ਚਲਾ ਦਿੱਤੀਆਂ ਜਾਂਦੀਆਂ ਕਿ ਜਿਨੇ ਜਿਨੇ ਭਾਈ ਲਾਕਡਾਊਨ ਲੱਗੂਗਾ ਇਹ 3 ਮਹੀਨੇ ਦਾ ਵੀ ਲੱਗ ਸਕਦਾ ਵੱਧ ਵੀ ਲੱਗ ਸਕਦਾ ਜਾਂ ਉਹਨਾਂ ਲੋਕਾਂ ਨੂੰ ਇੱਥੇ ਸਹੂਲਤਾ ਪ੍ਰਦਾਨ ਕੀਤੀਆਂ ਜਾਂਦੀਆਂ ਸਰਕਾਰ ਦੇ ਮੁਕਾਬਲੇ ਪ੍ਰਾਈਵੇਟ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੀਆਂ ਬਾਹਾਂ ਵੱਧ ਫੜੀਆਂ ਪਰ ਮੌਕਾ ਨਹੀਂ ਦਿੱਤਾ ਗਿਆ ਕਿੰਨੇ ਲੋਕ ਨੌਕਰੀਆਂ ਤੋਂ ਵਾਂਝੇ ਹੋਗੇ ਹੁਣ ਦਾ ਜਿਹੜਾ ਨਵਾਂ ਵੇਰੀਐਂਟ ਹੈ ਇਹ BF7 ਦੱਸਿਆ ਜਾ ਰਿਹਾ ਪਰ ਇਹ ਕਹਿ ਰਹੇ ਨੇ ਕਿ ਉਹਨਾਂ ਤੇ ਅਟੈਕ ਘਟ ਕਰਦਾ ਜਿਨ੍ਹਾਂ ਨੇ ਕਰੋਨਾ ਵੈਕਸੀਨ ਦੀਆਂ ਦੋ ਦੋ ਡੋਜ਼ ਲਈਆਂ ਹੋਈਆਂ ਨੇ ਕਈ ਤਾਂ ਆਪਣੇ ਵਰਗੇ ਤੀਜੀ ਵੀ ਲਵਾ ਗਏ ਜਿਹਨੂੰ ਬੂਸਟਰ ਡੋਜ਼ ਕਹਿੰਦੇ ਨੇ ਇਹਦੇ ਪ੍ਰਤੀ ਜਾਗਰੂਕਤਾ ਹੈ ਪਰ ਜੋ ਸਿਹਤ ਭੋਗ ਵਿਸ਼ਵ ਸਿਹਤ ਸੰਸਥਾ ਇਸ ਮਾਮਲੇ ਦੇ ਵਿੱਚ ਕੁਝ ਆਪਦੀਆਂ ਹਦਾਇਤਾਂ ਜਾਰੀ ਕਰਦੀ ਹੈ ਨਿਯਮ ਜਾਰੀ ਕਰਦੀ ਹੈ ਸਾਨੂੰ ਸਾਰਿਆਂ ਨੂੰ ਉਹਦਾ ਮੰਨਣਾ ਚਾਹੀਦਾ ਤੁਹਾਨੂੰ ਯਾਦ ਆ ਜੜੇ ਸਾਡਾ ਸਿਹਤ ਮੰਤਰੀ ਹੈ ਕੇਂਦਰ ਦੇ ਮਨੁਸ਼ਖ ਮੰਡਵੀਆ ਉਹ ਕਹਿੰਦੇ ਕਿ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਨੇ ਇਸ ਕਰਕੇ ਜਿਹੜੀਆਂ ਜਨਤਕ ਥਾਵਾਂ ਨੇ ਉਹਨਾਂ ਦੇ ਉੱਤੇ ਕਿਰਪਾ ਕਰਕੇ ਜਿਹੜਾ ਮਾਸਕ ਹੈ ਉਹ ਪਾ ਕੇ ਹੀ ਨਿਕਲੋ ਨਹੀਂ ਤਾਂ ਇਹ ਔਖਾ ਹੋ ਜਾਵੇਗਾ ਮੈਨੂੰ ਲੱਗਦਾ ਕਿ ਇਹ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਇਹਦੇ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ ਤਿੰਨ ਦਿਨ ਪਹਿਲਾਂ ਮਾੜਵੀਆ ਸਾਹਿਬ ਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਸੀ ਔਰ ਅਸ਼ੋਕ ਗਾਇਲੋਤ ਮੁੱਖ ਮੰਤਰੀ ਹਰਿਆਣਾ ਹਿਮਾਚਲ ਪ੍ਰਦੇਸ਼ ਉਹਨਾਂ ਨੂੰ ਚਿੱਠੀ ਲਿਖੀ ਸੀ ਕਿ ਤੁਹਾਡੇ ਇੱਥੇ ਯਾਤਰਾ ਚੱਲ ਰਹੀ ਹੈ ਤੁਸੀਂ ਆਪ ਤਾਂ ਲੱਖ ਲੱਖ ਦੇ ਇਕੱਠ ਕਰਕੇ ਆਵੋ ਦੂਜਿਆਂ ਨੂੰ ਤੁਹਾਡੀ 5000 ਬੰਦੇ ਦੀ ਯਾਤਰਾ ਵੀ ਚੁਬਦੀ ਹੈ ਇਹਦੇ ਤੇ ਕੋਈ ਸਿਆਸਤ ਨਾ ਹੋਵੇ ਜੇ ਵਾਕਈ ਰਿਪੋਰਟਾਂ ਦਿਲ ਦਾ ਹਲਾਉਣ ਵਾਲੀਆਂ ਨੇ ਰਿਪੋਰਟਾਂ ਗਲਤ ਨੇ ਰਿਪੋਰਟਾਂ ਦੇ ਵਿੱਚ ਇਹ ਆ ਗਿਆ ਕਿ ਇਹਦਾ ਹਮਲਾ ਹੋ ਗਿਆ ਫਿਰ ਇਤਿਹਾਤ ਰੱਖਣ ਵਾਸਤੇ ਸਾਰਿਆਂ ਵਾਸਤੇ ਕੋਝਾ ਕਰੋ ਨਾ ਕਿ ਇਹ ਮੇਰਾ ਭਤੀਜਾ ਹੈ ਮੇਰਾ ਚਾਚਾ ਹੈ ਮੇਰਾ ਫਲਾਨਾ ਹੈ ਮੇਰਾ ਟਿੰਕਾ ਹੈ ਤੇ ਜੇ ਦੂਜਾ ਕੋਈ ਕਰੇ ਤੁਸੀਂ ਨਹੀਂ ਕਰ ਸਕਦੇ ਜੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਚਾਹੀਦਾ ਪਰ ਜਿਸ ਤਰ੍ਹਾਂ ਦਾ ਇਹ ਸਾਨੂੰ ਸੁਚੇਤ ਕੀਤਾ ਜਾ ਰਿਹਾ ਹੈ ਸਿਹਤ ਮੰਤਰਾਲੇ ਵੱਲੋਂ ਤੇ ਵਿਸ਼ੇ ਵਿਸ਼ੇਸ਼ ਸਸਤਾ ਵੱਲੋਂ ਸਾਨੂੰ ਜਿਹੜੇ ਬਣਦੇ ਇਤਿਹਾਤ ਨੇ ਉਹ ਰੱਖਣੇ ਚਾਹੀਦੇ ਜੀ ਉਧਰ ਇੱਕ ਗੱਲ ਕੀਤੀ ਐ ਐਸਸੀ ਕਮਿਸ਼ਨ ਦੇ ਚੇਅਰਪਰਸਨਾ ਵੀ ਜੇ ਸੰਪਲਾ ਦਿੱਤਾ ਉਹਨਾਂ ਨੇ ਲੀਤੀਪੁਰ ਦਾ ਜਿਹੜਾ ਉਹ ਦੌਰਾ ਕੀਤਾ ਜੀ ਕੱਲ ਉਹ ਲੀਤੀਪੁਰ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੇ ਦੌਰਾ ਕੀਤਾ ਉਹਨਾਂ ਨੇ 10 ਜਨਵਰੀ ਲਈ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਦੇ ਉਹ ਚੇਅਰਮੈਨ ਨੇ ਉਹਨਾਂ ਨੇ ਉੱਥੇ ਜਾ ਕੇ ਸੱਦਿਆ ਕਿਹਨੂੰ ਪੰਜਾਬ ਦਾ ਮੁੱਖ ਸਕੱਤਰ ਲੁਧਿਆਣੇ ਦਾ ਡੀਸੀ ਨਾਲ ਜਲੰਧਰ ਦਾ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਇੱਕ ਜਿਹੜੇ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਤੁਸੀਂ ਇਹਨਾਂ ਦੇ ਵਿੱਚ ਆਪਸ ਵਿੱਚ ਦੀ ਦੇਖੋ ਕਿੰਨੀ ਕਹਿ ਉਹ ਕਹਿੰਦੇ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਨੇ ਕੰਮ ਨਹੀਂ ਕੀਤੇ ਜਗਤਾਰ ਸਿੰਘ ਸੰਘੇੜਾ ਉੱਥੇ ਚੇਅਰਮੈਨ ਨੇ ਉੱਥੇ ਜਿਹੜੇ ਡਿਪਟੀ ਕਮਿਸ਼ਨਰ ਨੇ ਸ਼ਾਇਦ ਮਨਪ੍ਰੀਤਾ ਉਹਨਾਂ ਦਾ ਨਾਮ ਉਹ ਕਹਿੰਦੇ ਕਿ ਮੈਂ ਤਾਂ ਅਜੇ ਹੁਣੇ ਆਇਆ ਥੋੜੇ ਦਰ ਪਹਿਲਾਂ ਉਦੋਂ ਪਹਿਲਾਂ ਦਾ ਚਾਰਜ ਤਾਂ ਤੁਹਾਡੇ ਕੋਲ ਸੀ ਉਹ ਲੋਕ ਕਹਿ ਰਹੇ ਨੇ ਕਿ 70 ਸਾਲ ਤੋਂ ਵੱਧ ਸਮੇਂ ਤੋਂ ਸਾਨੂੰ ਇੱਥੇ ਹੋ ਗਿਆ ਜਦੋਂ ਦੇਸ਼ ਦੀ ਵੰਡ ਹੋਈ ਸੀ ਉਹਨਾਂ ਦਿਨਾਂ ਦੇ ਵਿੱਚ ਆਏ ਆ ਉਹਨਾਂ ਦੇ ਕੋਲੇ ਬਿਜਲੀ ਦੇ ਬਿੱਲ ਆਪਣੇ ਨਾਮ ਤੇ ਵੋਟਰ شناਖਤੀ ਕਾਰਡ ਆਪਣੇ ਨਾਮ ਤੇ ਇਸ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਵਗੈਰਾ ਵਗੈਰਾ ਹਰ ਤਰ੍ਹਾਂ ਦਾ ਦਸਤਾਵੇਜ਼ ਹੈ ਜੇ ਉਹ ਨਜਾਇਜ਼ ਬੈਠੇ ਸੀ ਫਿਰ ਤੁਸੀਂ ਉਹ ਕਿਹਨੇ ਇਹ ਸਾਰਾ ਕੁਝ ਬਣਾ ਕੇ ਦਿੱਤਾ ਇਹਦੇ ਵਿੱਚ ਉਹ ਅਧਿਕਾਰੀ ਜਿਹੜੇ ਉੱਥੇ ਜਾਂਦੇ ਸੀ ਹਲਵਾ ਮੰਡਾ ਸ਼ੱਕ ਕੇ ਆ ਜਾਂਦੇ ਸੀ ਉਹਨਾਂ ਸਾਰਿਆਂ ਦੀ ਪੇਸ਼ਾਨ ਕਰਨੀ ਚਾਹੀਦੀ ਹੈ ਜਿਹੜੇ ਹੁਣ ਤੱਕ ਉਹਨਾਂ ਲੋਕਾਂ ਤੋਂ ਗਾਂਧੀ ਜੀ ਦੀ ਪੂਜਾ ਕਰਾਉਂਦੇ ਰਹੇ ਨੇ ਇਹਨਾਂ ਲੋਕਾਂ ਨੂੰ ਉਜਾੜਤਾ ਔਰ ਇਸ ਮਾਮਲੇ ਦੇ ਵਿੱਚ ਕੁਝ ਸਮਾਂ ਮੰਗਿਆ ਜਾ ਸਕਦਾ ਸੀ ਜੇ ਅਦਾਲਤੀ ਫੈਸਲਾ ਵੀ ਸੀ ਅਦਾਲਤ ਕਦੇ ਨਹੀਂ ਕਹਿੰਦੀ ਜੇ ਉੱਥੇ ਪੱਖ ਰੱਖਿਆ ਹੁੰਦਾ ਇਹਨਾਂ ਨੂੰ ਤੁਸੀਂ ਨੀਲੇ ਸਮਾਨ ਦੇ ਹਿਟਾਂ ਠੰਡੀਆਂ ਰਾਤਾਂ ਲਈ ਉੱਥੇ ਜਿਹੜੇ ਤੰਬੂ ਲਾਏ ਗਏ ਨੇ ਉਹ ਤੰਬੂ ਵੀ ਜਿਹੜੀ ਰਵੀ ਸਿੰਘ ਹੋਰੇ ਨੇ ਖਾਲਸਾ ਆਈਡ ਉਹਨਾਂ ਨੇ ਤੇ ਹੋਰ ਸਸਤਾਵਾਂ ਨੇ ਲਗਾ ਕੇ ਦਿੱਤੇ ਆ ਔਰ ਅਦਾਲਤ ਕਦੇ ਨਹੀਂ ਕਹਿੰਦੀ ਕਿ ਢਾਕੇ ਇਹਨਾਂ ਨੂੰ ਵੇਕਰ ਕਰ ਦਿਓ ਅਦਾਲਤਾਂ ਵੀ ਇਹੀ ਕਹਿੰਦੀ ਆ ਪਹਿਲਾਂ ਇਹਨਾਂ ਦਾ ਮੁੜਬਸੇਬਾ ਕਰਾਓ ਮਕਾਨ ਪਹਿਲਾਂ ਢਾਤੇ ਤੇ ਹੁਣ ਜਾ ਕੇ ਕਹਿੰਦੇ ਅਸੀਂ ਥੋੜਾ ਮੁੜਬਸੇਬੇ ਵਾਸਤੇ ਆਜੋ ਤੁਸੀਂ ਫਲਾਣੇ ਕੁਆਟਰਾਂ ਚ ਆਜੋ ਫਲਾਣੇ ਆਜੋ ਉੱਥੇ ਆਜੋ ਉੱਥੇ ਆਜੋ ਮਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਇਹਨਾਂ ਅਧਿਕਾਰੀਆਂ ਦੇ ਕੰਨ ਖਿੱਚੋ ਇਹ ਅਧਿਕਾਰੀ ਬਦਰਾਮੀ ਤੁਹਾਡੀ ਸਰਕਾਰ ਦੇ ਕਰਾਉਂਦੇ ਨੇ ਔਰ ਜੇ ਇਹ ਮੁੜ ਵਸੇਬਾ ਪਹਿਲਾਂ ਕੀਤਾ ਹੁੰਦਾ ਬਹੁਤ ਸਾਰੀਆਂ ਸੂਚਨਾਵਾਂ ਤੁਹਾਡੇ ਕੋਲੇ ਨਹੀਂ ਪਹੁੰਚ ਲਦੇ ਬਦਰਾਮੀ ਸਰਕਾਰ ਦੀ ਤੇ ਕੰਮ ਇਹਨਾਂ ਦੇ ਨੇ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਆ ਭਾਵੇਂ ਪ੍ਰਮੁੱਖ ਸਕੱਤਰ ਹੈ ਭਾਵੇਂ ਕੋਈ ਹੈ ਚਾਹੇ ਚੀਫ ਸਕੱਟਰੀ ਹੈ ਚੰਡੀਗੜ੍ਹ ਐਸਐਸਪੀ ਦੇ ਮਾਮਲੇ ਦੇ ਵਿੱਚ ਤੁਹਾਡੀ ਬੇਦਰਮੀ ਕਰਾਈ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾਉਣ ਮਾਮਲੇ ਦੇ ਵਿੱਚ ਤੁਹਾਡੀ ਬੇਦਰਮੀ ਕਰਾਈ ਇਹਨਾਂ ਨੂੰ ਥੋੜਾ ਜਿਹਾ ਕਿਵੇਂ ਰਾਜ ਕਰਨਾ ਹੈ ਕਿਵੇਂ ਸਰਕਾਰ ਦੀਆਂ ਹਦਾਇਤਾਂ ਹੇਠਾਂ ਤੱਕ ਲਾਗੂ ਕਰਦੀਆਂ ਨੇ ਉਹਦਾ ਪਤਾ ਕਰੋ ਇੱਕ ਹੋਰ ਕੰਮ ਕਰ ਲਓ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਗੁਪਤ ਅਧਿਕਾਰੀ ਭਰਤੀ ਕਰ ਲਓ ਜਿਹਦਾ ਪਤਾ ਹੀ ਨਾ ਹੋਵੇ ਇਹਨਾਂ ਨੂੰ ਹੇਠਾਂ ਤੱਕ ਰਿਪੋਰਟ ਕੀ ਹੈ ਉਦੀ ਮਹੀਨਾਵਾਰ ਰਿਪੋਰਟ ਲਾਓ ਜੇ ਉਸ ਤਰ੍ਹਾਂ ਦਾ ਤੁਸੀਂ ਕੰਮ ਕਰੋਗੇ ਇਹਨਾਂ ਦੀਆਂ ਬਾਗਾਂ ਖਿੱਚੋਗੇ ਕੁਝ ਅੱਜ ਦਾ ਕੰਮ ਹੋ ਜਾਊਗਾ ਨਹੀਂ ਫਿਰ ਬਦਰਾਮੀ ਤਾਂ ਇਹਨਾਂ ਨੇ ਸਰਕਾਰ ਦੇ ਪੱਲੇ ਪਵਾ ਦੇਣੀ ਜੀ ਜੇਕਰ ਗੱਲ ਕੀਤੀ ਹੈ ਜੀਰਾ ਸ਼ਰਾਬ ਫੈਕਟਰੀ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਈ ਕਿਸਾਨਾਂ ਦੇ ਉੱਤੇ ਪਰਚੇ ਵੀ ਕੀਤੇ ਗਏ ਨੇ ਕਿਹਾ ਜਾ ਰਿਹਾ ਕਿ ਹੁਣ ਬਿਜਲੀ ਚੋਰੀ ਕਰਨ ਦਾ ਵੀ ਜਿਹੜਾ ਉਹਨਾਂ ਦੇ ਤੇ ਇਲਜ਼ਾਮ ਲਗਾਇਆ ਗਿਆ ਤੇ ਉਹ ਤੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਜਿਹੜਾ ਉਹ ਫੈਕਟਰੀ ਦਾ ਪੱਖ ਪੂਰ ਰਹੀ ਹੈ ਸੁਖਵੀਰ ਸਿੰਘ ਬਾਦਲ ਐਸ ਵੇਲੇ ਵਿਰੋਧੀ ਧਰ ਦੇ ਵਿੱਚ ਨੇ ਉਹ ਜੇ ਕੋਈ ਗੱਲ ਇਹੋ ਜੀ ਕਹਿੰਦੇ ਆ ਉਹਨਾਂ ਨੂੰ ਕਹਿਣ ਦਾ ਪੂਰਾ ਅਧਿਕਾਰ ਹੈ ਪਰ ਨਾਲ ਇਹ ਦੱਸ ਦੇ ਨਹੀਂ ਵੀ ਫੈਕਟਰੀ ਲੱਗੀ ਕਦੋਂ ਸੀ ਉਦੋਂ ਸਰਕਾਰ ਕੀਦੀ ਸੀ ਜਿਹੜਾ ਜੀਰਾ ਖੰਡ ਮਿਲ ਹੈ 40 ਕਿੱਲੇ ਜ਼ਮੀਨ ਜਿੱਥੇ ਬਹੁਤ ਵੱਡਾ ਜੰਗਲ ਸੀ ਇਸ ਫੈਕਟਰੀ ਦੀ ਕਰਤੂਤ ਕਾਰਨ ਉਹ ਸਾਰੇ ਦਾ ਸਾਰਾ ਜੰਗਲ ਨਸ਼ਟ ਹੋ ਗਿਆ ਦਰਖਤ ਸੜ ਗਏ ਉਹਨੂੰ ਡੀਨੋਟੀਫਾਈ ਕਰਕੇ ਇਹਨਾਂ ਦੇ ਨਾਂ ਤੇ ਕਿਹਨੇ ਦਿੱਤਾ ਸੀ ਉਹਨੂੰ ਦੀਪਮਲ ਉੱਤਰਾ ਜਿਹੜਾ ਉੱਥੋਂ ਦਾ ਮਾਲਕ ਹੈ ਉਹਨੂੰ ਟਿਕਟ ਦੇ ਕੇ ਐਮਐਲਏ ਕਿਹਨੇ ਬਣਾਇਆ ਸੀ ਪਹਿਲਾਂ ਕਹੋ ਜੋ ਮਰਜੀ ਕਹੋ ਉਹਦੇ ਦਰਮ ਪੱਤਰੀ ਨੇ ਉੱਥੇ ਨਸ਼ਿਆਂ ਦਾ ਮੁੱਦਾ ਚੁੱਕਿਆ ਲੋਕਾਂ ਨੇ ਆਖਿਆ ਕਿ ਚਲੋ ਮੈਂਬਰ ਪਾਰਲੀਮੈਂਟ ਸਥਿਤੀ ਤਾਂ ਪੰਜਾਬ ਦੀ ਉੱਥੇ ਰੱਖੀ ਪਰ ਇਹ ਨਸ਼ਿਆਂ ਦਾ ਮੁੱਦਾ ਕਦੋਂ ਸ਼ੁਰੂ ਹੋਇਆ ਸੀ ਉਹਦੇ ਬਾਰੇ ਵੀ ਸਪਸ਼ਟ ਕੀਤਾ ਜਾਵੇ ਤੇ ਬਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਟਕਾ ਸਾਹਿਬ ਦੀ ਸੋਚ ਚੱਕ ਕੇ ਉਹਨਾਂ ਨੇ ਕਿਹਾ ਸੀ 2 ਮਹੀਨਿਆਂ ਚ ਨਸ਼ੇ ਖਤਮ ਕਰ ਦਿਆਂਗੇ ਬਰਗਾੜੀ ਵਾਲੇ ਫੜ ਕੇ ਅੰਦਰ ਦੇ ਦੇ ਦਾਂਗੇ ਅੱਜ 2 ਛੱਡ 2 ਮਹੀਨੇ ਛੱਡ 7 ਸਾਲ ਲੰਘੇ ਇਹ ਗੱਲ ਨੂੰ ਤੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੀ ਸੱਤਾ ਚੋਂ ਕੀ ਹੋਇਆ ਕੱਖ ਨਹੀਂ ਸੋ ਸੁਖਵੀਰ ਸਿੰਘ ਬਾਦਲ ਨੇ ਜੇ ਇਹ ਗੱਲ ਕਹੀ ਹੈ ਕਿ ਫੈਕਟਰੀ ਦਾ ਪੱਖ ਨਾ ਪੂਰੋ ਕਿਸਾਨਾਂ ਦੇ ਨਾਲ ਖੜੋ ਤੇ ਤੁਹਾਡੇ ਤੋਂ ਲੋਕ ਇਹ ਹੀ ਸਵਾਲ ਪੁੱਛਦੇ ਆ ਵੀ ਤੁਸੀਂ ਕਿਸਾਨਾਂ ਨਾਲ ਖੜੇ ਸੀ ਜਦੋਂ ਕਾਨੂੰਨ ਬਣੇ ਅਕਾਲੀ ਦਲ ਦਾ ਤਾਂ ਹਮੇਸ਼ਾ ਭੂਮਿਕਾ ਹੀ ਇਹ ਰਹੀ ਹੈ ਕਿ ਉਹਨਾਂ ਨੂੰ ਦਿਹਾਤੀ ਲੋਕ ਕਿਸਾਨ ਲੋਕ ਆਪਣਾ ਹਤੈਸ਼ੀ ਪਾਰਟੀ ਮੰਨਦੀ ਸੀ ਖੇਤਰੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਰ ਕੀ ਅਸੀਂ ਇਸ ਮਾਮਲੇ ਦੇ ਵਿੱਚ ਕਿਸਾਨੀ ਦੇ ਨਾਲ ਖੜੇ ਜਦੋਂ ਤੱਲਕ ਕਾਲੇ ਕਾਨੂੰਨ ਆਏ ਆ ਦੋ ਚੀਜ਼ਾਂ ਨੇ ਅਕਾਲੀ ਦਲ ਨੂੰ ਪਿੱਛੇ ਕੀਤਾ ਜੇ ਦੋਨਾਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਨਜਿੱਠ ਲਿਆ ਜਾਂਦਾ ਤਾਂ ਅੱਜ ਮੈਂ ਸਮਝਦਾ ਇਸ ਫੈਕਟਰੀ ਦੇ ਮਾਮਲੇ ਦੇ ਵਿੱਚ ਕਿਸਾਨ ਸਭ ਤੋਂ ਮੂਰੇ ਖੜਦੇ ਤੁਸੀਂ ਜਾ ਕਿਉਂ ਨਹੀਂ ਰਹੇ ਤੁਹਾਡਾ ਤਾਂ ਹਲਕਾ ਹੈ ਤੁਹਾਡੇ ਜਿਹੜੇ ਵਿਧਾਨ ਸਭਾ ਹਲਕਾ ਤੇ ਗੁਰੂ ਹਰਸਾਏ ਨਾਲ-ਨਾਲ ਨੇ ਜਿਵੇਂ ਜੀਰਾ ਉਹਦੇ ਨਾਲ ਹੀ ਲੱਗ ਜੁੜਦਾ ਤੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਸ਼ਮੂਲੀਅਤ ਕਿਉਂ ਨਹੀਂ ਕੀਤੀ ਉੱਥੇ ਕਿਉਂਕਿ ਇਹ ਜੜ ਥੋੜੇ ਵੇਲੇ ਲੱਗੀ ਸੀ ਮੌਜੂਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਹੁਣ ਤੱਕ ਕਿ ਕਿਹੜੀ ਕਿਹੜੀ ਪਾਰਟੀ ਨੇ ਭਵੇਂ ਉਹ ਅਕਾਲੀ ਦਲ ਹੈ ਭਾਜਪਾ ਹੈ ਕਾਂਗਰਸ ਹੈ ਜਾਂ ਇਹਨਾਂ ਦੀ ਆਪਣੀ ਪਾਰਟੀ ਵੀ ਹੈ ਉਹ ਕਿਹੜੇ ਕਿਹੜੇ ਦੀਪ ਮਲੋਤਰਾ ਨਾਲ ਮਿਲੇ ਹੋਏ ਨੇ ਪਰ ਇਹ ਹੋਣਾ ਨਹੀਂ ਅੱਜ ਦੀਪ ਮਲੋਤਰਾ ਦਿੱਲੀ ਦੀ ਪਾਲਿਸੀ ਦੇ ਵਿੱਚ ਵੀ ਸੀ ਨਾ ਤੇ ਜਦੋਂ ਅਸੀਂ ਤਰਜੀਹ ਸਾਰਿਆਂ ਨੇ ਸਰਮਾਇਦਾਰੀ ਨੂੰ ਦੇਣੀ ਹੈ ਤਾਂ ਹੀ ਸਾਨੂੰ ਲੋਕਾਂ ਨੇ ਦਰਕਾਰਿਆ ਹੈ ਲੋਕਾਂ ਦੀ ਗੱਲ ਕਰੋ ਸਾਡੀ ਤਾਂ ਪਾਰਟੀ ਉਹ ਪੰਥਕ ਸੀ ਲੋਕ ਹਤਾਇਸ਼ੀ ਪਾਰਟੀ ਸੀ ਲੋਕਾਂ ਪਿੱਛੇ ਖੜਨ ਵਾਲੀ ਪਾਰਟੀ ਸੀ ਇਹਨਾਂ ਨੂੰ ਆਪਣੇ ਅਸਲੀਅਤ ਕਿਉਂ ਪਿੱਛੇ ਗਈਆਂ ਉਹ ਚੀਜ਼ਾਂ ਨੂੰ ਦੇਖ ਕੇ ਉਹਦੇ ਮੁਤਾਬਕ ਖੜਨਾ ਚਾਹੀਦਾ ਜਿੱਦਨ ਅਸੀਂ ਉਹਦੇ ਮੁਤਾਬਕ ਖੜ ਗਏ ਆਪਣੇ ਆਪ ਲੋਕਾਂ ਨੇ ਤੁਹਾਡੇ ਨਾਲ ਆ ਖੜਨਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਨਕੀ ਅਪੋਰਟ ਤੇ ਉਤਰੇ ਤੇ ਉੱਤੇ ਉਹਨਾਂ ਨੇ ਪੰਜਾਬੀਆਂ ਨਾਲ ਜਿਹੜੀ ਉਤਰ ਕੇ ਗੱਲਬਾਤ ਕੀਤੀ ਹੈ ਜੀ ਆਓ ਕਹਿੰਦੇ ਜੀ ਉੱਥੇ ਪਤਾ ਕੀਤਾ ਵੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਦੱਸੋ ਸਾਨੂੰ ਠੀਕ ਹੈ ਚੰਗੀ ਗੱਲ ਹੈ ਜੇ ਮੁੱਖ ਮੰਤਰੀ ਲੋਕਾਂ ਨਾਲ ਗੱਲ ਕਰਦਾ ਹੈ ਅਫਸਰਾਂ ਨਾਲ ਨਹੀਂ ਦਸਣਾ ਉਹਨਾਂ ਨੂੰ ਆਮ ਲੋਕ ਹੀ ਦੱਸਿਆ ਕਰਦੇ ਆ ਜੇ ਉੱਥੇ ਉਤਰ ਕੇ ਉਹਨਾਂ ਨੇ ਆਪ ਲੋਕਾਂ ਤੋਂ ਸਮੱਸਿਆਵਾਂ ਜਾਣੀਆਂ ਨੇ ਇੱਕ ਵਧੀਆ ਕਦਮ ਹੈ ਕਿਉਂਕਿ ਵਿਚ ਵਿਚਾਲੇ ਵਿਚੋਲੇ ਵਿਚੋਲੇ ਦਾ ਸ਼ਬਦ ਹੀ ਇੱਥੋਂ ਬਣਿਆ ਸੀ ਕਿ ਵਿੱਚੋਂ ਓਲਾ ਕਈ ਇੰਨਾ ਕੁੜਗਾਂ ਦੇ ਵੀ ਇਹਨਾਂ ਨੇ ਸਾਖ ਕਰਾਤੇ ਜਦੋਂ ਅਸਲੀਅਤ ਪਤਾ ਲੱਗੀ ਇਹ ਕਹਦੇ ਜੀ ਇਹ ਤਾਂ ਵਿਚੋਲੇ ਦਾ ਕੰਮ ਸੀ ਇੰਨਾਂ ਕ ਵਿੱਚੋਂ ਓਲਾ ਭਾ ਵਿਚੋਲਾ ਜੀ ਉਹਨਾਂ ਨੂੰ ਪਾਸੇ ਕਰਕੇ ਜਦੋਂ ਕੋਈ ਰਾਜਾ ਪਰਜਾ ਨਾਲ ਸਿੱਧੀ ਗੱਲ ਕਰਦਾ ਉਹਦਾ ਚੰਗਾ ਨਤੀਜਾ ਹਮੇਸ਼ਾ ਨਿਕਲਿਆ ਕਰਦਾ ਜੀ ਜੇਕਰ ਗੱਲ ਕੀਤੀ ਹੈ ਭਾਜਪਾ ਦੀ ਤਾਂ ਕਿਹਾ ਜਾ ਰਿਹਾ ਕਿ ਭਾਜਪਾ ਦੇ ਰਾਜ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਦੀਆਂ ਖੁਦਕੁਸ਼ੀਆਂ ਤਿੰਨ ਗੁਣਾ ਵਧੀਆਂ ਨੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਗਏ ਨੇ ਆਮ ਆਦਮੀ ਪਾਰਟੀ ਦਾ ਮੁਖਬਲਾਰਾ ਮਾਲਵਿੰਦਰ ਸਿੰਘ ਕੰਗ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਭਾਰਤ ਵਿੱਚ ਮਜ਼ਦੂਰਾਂ ਦੀਆਂ ਜਿਹੜੀਆਂ ਖੁਦਕਸ਼ੀਆਂ ਨੇ 2014 ਵਿੱਚ ਇਹ ਅੰਕੜਾ 15735 ਸੀ 2021 ਤੱਕ ਵਾਧਾ ਵਾਧਾ ਇਹ 42000 ਚ ਆ ਤੇ ਪਹੁੰਚ ਗਿਆ 18 ਚ 30217 ਇਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਬਾਅਦ ਦੀ 19 ਦੀ 32563 ਤੇ ਫਿਰ 2020 ਦੇ ਵਿੱਚ ਇਹ ਵੱਧ ਕੇ 37663 ਹੋ ਗਿਆ ਤੇ ਪਿਛਲੇ ਸਾਲ ਦਾ ਅੰਕੜਾ 42000 ਹੈ 15 ਤੋਂ ਚੱਲਿਆ ਸੀ ਲਗਭਗ ਪੌਣੇ 3 ਗੁਣਾ ਇਹ ਵੱਧ ਗਈਆਂ ਨੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਰਕਾਰਾਂ ਨੂੰ ਕੇਂਦਰ ਨੂੰ ਦੱਸਣਾ ਚਾਹੀਦਾ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਦਾ ਅੰਕੜਾ ਐਡੀ ਤੇਜ਼ੀ ਨਾਲ ਕਿਉਂ ਵਧਿਆ ਜੀ ਜੇਕਰ ਗੱਲ ਕੀਤੀ ਹੈ ਵਿਕਰਮ ਮਜੀਠੀਆ ਦਾ ਵਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਡੇ ਉਹਨਾਂ ਦਾ ਕਹਿਣਾ ਕਿ ਸਨਤਕਾਰੀਆਂ ਦੇ ਨਾਲ ਜਿਹੜਾ ਧਰੋਕ ਮਾਰ ਰਹੇ ਨੇ ਇਸ ਕਰਕੇ ਹੈ ਕਿ ਮਾਨ ਸਾਹਿਬ ਚਲੇ ਗਏ ਹైదరాబాద్ ਤੇ ਦੂਸਰੇ ਪਾਸੇ ਸੌਧ ਦੇ ਰਾਜਾਂ ਦੇ ਵਿੱਚ ਜੀ ਕਿ ਤੁਸੀਂ ਸਾਡੇ ਇੱਥੇ ਆ ਕੇ ਨਿਵੇਸ਼ ਕਰੋ ਅੱਜ ਇੱਕ ਅਖਬਾਰ ਨੇ ਬਹੁਤ ਪ੍ਰਮੁਖਤਾ ਦੇ ਨਾਲ ਛਾਪਿਆ ਹੈ ਪੰਜਾਬ ਦੇ ਸੰਨਤਕਾਰ ਖੁੱਦ ਗਏ ਨੇ ਯੂਪੀ ਚ ਜੋਗੀ ਦਿੱਤਿਆਨਾਥ ਕੋਲੇ ਜੀ ਕਿ ਅਸੀਂ ਤੁਹਾਡੇ ਇੱਥੇ ਨਿਵੇਸ਼ ਕਰਨਾ ਚਾਹੁੰਦੇ ਹਾਂ ਤੁਸੀਂ ਸਾਨੂੰ ਸਾਰ ਕਾਰਗਰ ਮਾਹੌਲ ਦਿਓ 230000 ਕਰੋੜ ਦੇ ਇਕਰਾਰ ਕਰਿਆ ਏ ਪੰਜਾਬ ਦੇ ਵਿੱਚ ਕਹਿੰਦੇ ਮਾੜੀ ਕਾਨੂੰਨੀ ਅਵਸਥਾ ਸੰਤੀ ਨੀਤੀ ਕਿਤੇ ਕੋਈ ਬਣੀ ਨਹੀਂ ਨਾ ਅਕਾਲੀ ਪੰਜ ਪਾਸ ਸਰਕਾਰ ਨੇ ਕੋਈ ਬਣਾਈ ਠੋਸ ਨੀਤੀ ਨਾ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੇ ਵਿੱਚ ਤਾਂ ਖੇਤੀ ਨੀਤੀ ਵੀ ਨਹੀਂ ਬਣੀ ਖੇਤੀ ਦਾ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੇ ਤੇ 4.5 ਸਾਲ ਦੇ ਵਿੱਚ ਕੈਪਟਨ ਸਾਹਿਬ 4.5 ਮੀਟਿੰਗਾਂ 10 ਦਿਨਾਂ ਦੇ ਖੇਤੀਬਾੜੀ ਦੀਆਂ ਕੀਤੀਆਂ ਨੇ ਉਹ ਕਹਿੰਦੇ ਕੋਈ ਸੰਤੀ ਨੀਤੀ ਨਹੀਂ ਜਿਹੜੇ ਵੱਡੇ-ਵੱਡੇ ਨੇ ਜਿਵੇਂ ਹੀਰੋ ਸਾਈਕਲ ਦੇ ਜਿਹੜੇ ਐਮ ਡੀ ਨੇ ਪੰਕਜ ਮੁਜਾਲ ਇੱਕ ਟੀ ਆਰ ਮਿਸ਼ਰਾ ਨੇ ਪੰਜਾਬ ਵਾਈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਹੌਜਰੀ ਕਪੜਾ ਸੰਤ ਕਈ ਹੋਰ ਏਵਨ ਸਾਈਕਲ ਦੇ ਇਸੇ ਤਰ੍ਹਾਂ ਕਈ ਹੋਰ ਜਿਹੜੇ ਇਹਨਾਂ ਮਾਮਲਿਆਂ ਦੇ ਵਿੱਚ ਉਹ ਕਹਿੰਦੇ ਕਿ 5 ਲੱਖ ਕਰੋੜ ਦਾ ਨਿਵੇਸ਼ ਕਰਵਾਉਣ ਲਈ ਯਤਨਸ਼ੀਲ ਨੇ ਜੋਗੀ ਦਿੱਤਿਆ ਨਾਥ ਮੁੱਖ ਮੰਤਰੀ ਯੂਪੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਜਿਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਹੋ ਅਸੀਂ ਤੁਹਾਨੂੰ ਉਸ ਤਰ੍ਹਾਂ ਦਾ ਮਾਹੌਲ ਦੇਵਾਂਗੇ ਤੁਸੀਂ ਆ ਕੇ ਇੱਥੇ ਸਵਾਲ ਖੜਾ ਹੁੰਦਾ ਹੈ ਇੱਥੋਂ ਦਾ ਨਿਵੇਸ਼ ਇੱਥੋਂ ਦਾ ਸੰਨਤਕਾਰ ਯੂਪੀ ਭੱਜਨ ਨੂੰ ਫਿਰਦਾ ਹੈ ਤੁਸੀਂ ਉੱਥੋਂ ਵਾਲਿਆਂ ਨੂੰ ਇੱਥੇ ਲਿਆਉਣ ਦੀ ਗੱਲ ਕਰਦੇ ਹੋ ਇਹ ਆਪਣੇ ਆਪ ਉੱਥੇ ਜਾ ਰਹੇ ਨੇ ਮੈਨੂੰ ਯਾਦ ਆ ਜਦੋਂ ਵੋਟਾਂ ਦਾ ਸਮਾਂ ਸੀ ਇਹ ਲੁਧਿਆਣਾ ਦੇ ਸੰਨਤਕਾਰਾਂ ਦੇ ਨਾਲ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦੋਹਾਂ ਨੇ ਉਹਨਾਂ ਦੇ ਨਾਲ ਲੁਧਿਆਣੇ ਦੇ ਵਿੱਚ ਇੱਕ ਲੰਬੀ ਚੌੜੀ ਮੀਟਿੰਗ ਕੀਤੀ ਸੀ ਭਰੋਸੇ ਦਿਵਾਏ ਸੀ ਕਿ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਅਸੀਂ ਹੱਲ ਕਰਾਂਗੇ ਤੁਸੀਂ ਆਪਣਾ ਕਾਰੋਬਾਰ ਇੱਥੇ ਵਧਾਓ ਇਹਦੇ ਨਾਲ ਪੰਜਾਬ ਦਾ ਨੌਜਵਾਨ ਨੌਕਰੀਆਂ 'ਚ ਆਏਗਾ ਪਰ ਇਹ ਖੁਦ ਚੱਲ ਕੇ ਜਿਹੜੇ ਉੱਥੇ ਚੱਲੇ ਨੇ ਸੋ ਮੇਰੀ ਮੁੱਖ ਮੰਤਰੀ ਸਾਹਿਬ ਦੇ ਕੋਲ ਇੱਕ ਬੇਨਤੀ ਆ ਫਰਿਆਦ ਆ ਜਾ ਦੌੜ ਪਿੱਛਾ ਜੋੜਨਾ ਹੋ ਜੇ ਤੁਸੀਂ ਉਹਨਾਂ ਕੋਲ ਜਾਣ ਦੀ ਥਾ ਤੇ ਪਹਿਲਾਂ ਇਹਨਾਂ ਨੂੰ ਸੰਭੋ ਇਹ ਇੱਥੋਂ ਉੱਥੇ ਜਾ ਰਹੇ ਨੇ ਇੱਥੇ ਨਿਵੇਸ਼ ਕਿਉਂ ਨਾ ਕਰਨ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਪੰਜਾਬ ਦਾ ਅਮਨ ਕਾਨੂੰਨ ਰਾਜ ਦੀ ਹੈ ਇਹ ਰਾਜ ਦਾ ਵਿਸ਼ਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਨਿਠ ਕੇ ਕੰਮ ਕਰੋ ਜੇ ਇਹ ਲੋਕ ਉੱਥੇ ਨੂੰ ਜਾ ਰਹੇ ਨੇ ਤਾਂ ਗਲਤ ਜਾ ਰਹੇ ਨੇ ਜੀ ਜੀ ਇਸ ਦੇ ਨਾਲ ਇੱਕ ਗੱਲ ਕੀਤੀ ਆ ਬਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੀ ਤਾਂ ਉਹਨਾਂ ਨੇ ਵਿਧਾਇਕ ਮਾਨੁਕੇ ਨੂੰ ਫੋਨ ਕੀਤਾ ਉਹਨਾਂ ਦਾ ਕਹਿਣਾ ਕਿ ਵੱਡੀ ਭੈਣ ਦੇ ਘਰੇ ਚਾਹ ਪੀਣ ਆਉਣਾ ਸੀ ਇਹ ਬਹਾਨੇ ਹੁੰਦੇ ਨੇ ਚਾਹ ਪੀਣ ਆਉਣਾ ਜਾਓ ਨਾ ਜੀ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਰੀਸ਼ਫਲ ਦਾ ਕੰਮ ਚੱਲ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਤਰੀਆਂ ਦੇ ਮਹਿਕਮੇ ਵੀ ਬਦਲੇ ਜਾ ਸਕਦੇ ਆ ਕੁਝ ਹਟਾਏ ਵੀ ਜਾ ਸਕਦੇ ਆ ਕੁਝ ਨਵੇਂ ਵੀ ਲਿਆਂਦੇ ਜਾ ਸਕਦੇ ਆ ਜਿਵੇਂ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਤਖਤ ਦੇ ਇਲਾਕੇ ਦੀ ਬੀਬੀ ਬਲਜਿੰਦਰ ਕੌਰ ਉਹਨਾਂ ਨੂੰ ਇਹਨਾਂ ਨੇ ਪਹਿਲਾਂ ਚੀਫ ਵਿੱਪ ਬਣਾਇਆ ਸੀ ਹੁਣ ਕੈਬਨਿਟ ਰੈਂਕ ਦੇਤਾ ਤੇ ਦੂਜੇ ਪਾਸੇ ਜਸਵਿੰਦਰ ਕੌਰ ਨਾ ਸਰਬਜੀਤ ਕੌਰ ਮਾਨੂ ਕੇ ਮਾਫ ਕਰਨਾ ਸਰਬਜੀਤ ਕੌਰ ਮਾਨੂ ਕੇ ਪਤਾ ਲੱਗਿਆ ਕਿ ਮੰਤਰੀ ਮੰਡਲ ਵਾਲੇ ਮਾਮਲੇ 'ਚੋ ਕੁਝ ਨਾਰਾਜ਼ ਚੱਲਦੇ ਆ ਕਿਸੇ ਨੇ ਪੁਸ਼ਟੀ ਤਾਂ ਨਹੀਂ ਕੀਤੀ ਸੂਤਰਾਂ ਦਾ ਹਵਾਲਾ ਤਾਂ ਅਚਾਨਕ ਅਜ ਮਨਪ੍ਰੀਤ ਕੌਰ ਭੈਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਅਚਾਨਕ ਫੋਨ ਕੀਤਾ ਕਿ ਵੱਡੀ ਭੈਣ ਕੋਲੇ ਚਾਹ ਪੀਣ ਆਉਣਾ ਹੈ ਇਹ ਤਾਂ ਕੋਈ ਵੀ ਬੰਦਾ ਜੇ ਕਿਸੇ ਨੂੰ ਕਹਿ ਦੇਵੇ ਕਿ ਭਾਈ ਤੇਰੇ ਘਰ ਆ ਰਹੇ ਆ ਸੱਤ ਬਗਾਨਾ ਵੀ ਹੋਵੇ ਉਹ ਵੀ ਜਵਾਬ ਨਹੀਂ ਦਿੰਦਾ ਉਹ ਕਹਿੰਦਾ ਆਓ ਜੀ ਜੀ ਸਤਿ ਸਕੇ ਜੀ ਆਇਆਂ ਨੂੰ ਮਸਾ ਤੁਸੀਂ ਚੱਲ ਕੇ ਆਇਓ ਸਾਡੇ ਧੰਨ ਭਾਗ ਤੋ ਇਹ ਮਾਮਲੇ ਦੇ ਵਿੱਚ ਉਹ ਉੱਥੇ ਗਏ ਕਾਫੀ ਦੇਰ ਬੰਦ ਕਮਰੇ ਚ ਗੱਲਾਂ ਬਾਤਾਂ ਹੋਈਆਂ ਸਿਆਸੀ ਆਗੂਆਂ ਦਾ ਜਦੋਂ ਮਿਲਣਾ ਹੁੰਦਾ ਇਹ ਕੋਈ ਆਮ ਨਹੀਂ ਹੁੰਦਾ ਇਹ ਸਿਆਸਤ ਤੋਂ ਹੀ ਪ੍ਰੇਰਿਤ ਹੁੰਦਾ ਹੈ ਜੀ ਜੇਕਰ ਗੱਲ ਕੀਤੀ ਹੈ ਫੇ ਕੈਪਟਨ ਦੇ ਸਲਾਹਕਾਰ ਭਾਰਤਿੰਦਰ ਚਾਹਲ ਦਿੱਤਾ ਉਹਨਾਂ ਨੂੰ ਜਿਹੜਾ ਲੋਕਆਊਟ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਾਰਤਿੰਦਰ ਸਿੰਘ ਚਾਹਲ ਜਿਨ੍ਹਾਂ ਦੇ ਘਰ ਦੇ ਉੱਤੇ ਪਹਿਲਾਂ 10 ਦਿਨ ਪਹਿਲਾਂ ਵਿਜੀਲੈਂਸ ਦੀ ਟੀਮ ਹੱਲਾ-ਗੱਲਾ ਕਰਕੇ ਆਈ ਸੀ ਲੋਕਾਂ ਦੇ ਵਿੱਚ ਇੱਕ ਚਰਚਾ ਇਹ ਦੱਸਣ ਗਈ ਸੀ ਵੀ ਸੁਚੇਤ ਹੋ ਜਾਓ ਤੁਹਾਡੇ ਵਾਲੇ ਪਾਸੇ ਅਸੀਂ ਆ ਸਕਦੇ ਹਾਂ ਉਹਨਾਂ ਦੇ ਸ਼ਾਪਨ ਕੰਪਲੈਕਸ ਹੈ ਮਿਨੀ ਸੈਕਟਰੀਏਟ ਦੇ ਕੋਲ ਅਤੇ ਸਰੰਦ ਰੋਡ ਦੇ ਉੱਤੇ ਇੱਕ ਵੱਡਾ ਮੈਰਿਜ ਪੈਲਸ ਹੈ ਅਲਕਾ ਯਾਰ ਉਹਨਾਂ ਦੀ ਪਰਮੈਸ਼ ਵਗੈਰਾ ਕੀਤੀ ਹੈ ਕੁਝ ਹੋਰ ਜਾਇਦਾਦਾਂ ਘਰ ਦੇ ਬੇਰਵੇਕਤਰ ਕੀਤੇ ਨੇ ਸੋ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਉਹਨਾਂ ਦੀ ਤਫ਼ਤੀਸ਼ ਹੋ ਰਹੀ ਹੈ ਔਰ ਲੁਕਆਊਟ ਨੋਟਸ ਉਹਨਾਂ ਦਾ ਜਾਰੀ ਕਰਤਾ ਜੇ ਤਾਂ 10 ਦਿਨ ਪਹਿਲਾਂ ਜਦੋਂ ਇਹ ਹੱਲਾ ਗੁੱਲਾ ਕਰਕੇ ਆਏ ਸੀਗੇ ਉਸ ਤੋਂ ਬਾਅਦ ਕਹਿੰਦੇ ਆ ਕਿ ਨੂਹੇ ਕੰਨ ਕਰੀ ਧੀ ਇਹ ਗੱਲ ਸੁਣੀ ਹੁਣ ਤੱਕ ਤਾਂ ਉਹਨਾਂ ਨੇ ਕੋਈ ਨਾ ਕੋਈ ਬਾਹਰ ਅੰਦਰ ਟਕਾਣਾ ਬਣਾ ਲਿਆ ਹੋਵੇਗਾ ਹੋ ਸਕਦਾ ਵਿਦੇਸ਼ ਚਲੇ ਗਏ ਹੋਣ ਉਹ ਜਾਣ ਤੋਂ ਬਾਅਦ ਸਪਲੰਗਿਆ ਲਕੀਰ ਨੂੰ ਸੁੱਟੇ ਵੱਜੀ ਜਾਂਦੇ ਐ ਤੇ ਉਹਨਾਂ ਦਾ ਲੋਕਕਾਟ ਨੋਟਸ ਜਾਰੀ ਕਰਤਾ ਜਿਹਦੇ ਤੋਂ ਭਾਰਤ ਤੋਂ ਇਹ ਤਾਂ ਬਾਹਰ ਵਿਦੇਸ਼ ਵਾਲਾ ਨਹੀਂ ਜਾ ਸਕਦੇ ਜੇ ਪਹਿਲੇ ਹੀ ਵਿਦੇਸ਼ ਲੰਘੇ ਹੋਏ ਫਿਰ ਅਗਲੀ ਕਾਰਵਾਈ ਕਾਨੂੰਨ ਦੇ ਮੁਤਾਬਕ ਚੌਕਸੀ ਪੁਲਿਸ ਨੇ ਕੀ ਕਰਨੀ ਹੈ ਇਹ ਤਾਂ ਚੌਕਸੀ ਪੁਲਿਸ ਦੇ ਅਧਿਕਾਰੀ ਹੀ ਦੱਸ ਸਕਦੇ ਜੀ ਧੰਨਵਾਦ ਜੀ ਐਸਐਨ ਡੀ 5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋ ਜਿਨ੍ਹਾਂ ਨੇ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਦੇ ਉਜਾਸਤ ਧੰਨਵਾਦ